ਬਠਿੰਡਾ ਦੇ ਵਿੱਚ ਇਨਸਾਨੀਅਤ ਇੱਕ ਵਾਰ ਫਿਰ ਤੋਂ ਸ਼ਰਮਸ਼ਾਰ ਹੁੰਦੀ ਹੋਈ ਦਿਖਾਈ ਦਿੱਤੀ ਹੈ ਤੇ ਪਤਾ ਲੱਗਿਆ ਹੈ ਕਿ ਇੱਥੇ ਕੁਝ ਕੁ ਦਿਨਾਂ ਦਾ ਬੱਚਾ ਸੜਕ ਤੇ ਰੱਖ ਕੇ ਕੋਈ ਫਰਾਰ ਹੋ ਗਿਆ ਤੇ ਇਸ ਤੋਂ ਬਾਅਦ ਇਸ ਬੱਚੇ ਨੂੰ ਸਿਵਲ ਹਸਪਤਾਲ ਦੇ ਵਿੱਚ ਕਿਸੇ ਵੱਲੋਂ ਪਹੁੰਚਾਇਆ ਗਿਆ। ਡਿਸਟ੍ਰਿਕਟ ਚਾਇਲਡ ਪ੍ਰੋਟੈਕਸ਼ਨ ਆਫਿਸ ਦੇ ਵਿੱਚੋਂ ਆਏ ਅਧਿਕਾਰੀ ਦੇ ਮੁਤਾਬਿਕ ਉਹਨਾਂ ਵੱਲੋਂ ਮੌਕੇ ਤੇ ਆ ਕੇ ਹਾਲਾਤ ਦੇਖੇ ਗਏ ਨੇ ਤੇ ਬੱਚਾ ਠੀਕ ਠਾਕ ਹੈ ਤੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਵੀ ਕੀਤਾ ਜਾ ਰਿਹਾ। ਸਰ, ਕੀ ਨਾਮ ਕੀ ਆਪਣਾ? ਸਰ, ਮੇਰਾ ਨਾਮ ਖੁਸ਼ਦੀਪ ਸਿੰਘ ਹੈ। ਮੈਂ ਡਿਸਟ੍ਰਿਕਟ ਚਾਇਲਡ ਪ੍ਰੋਟੈਕਸ਼ਨ ਆਫਿਸ ਦੇ ਵਿੱਚ ਐਜ ਏ ਚਾਇਲਡ ਪ੍ਰੋਟੈਕਸ਼ਨ ਆਫਿਸਰ ਕੰਮ ਕਰਦਾ। ਬੱਚਾ ਮਿਲਿਆ ਹੈ, ਕੀ ਮਾਮਲਾ ਜੀ? ਉਹ ਸਰ, ਸਾਨੂੰ ਸਿਵਲ ਹਸਪੀਟਲ ਤੋਂ ਡਾਕਟਰ ਰਾਹੁਲ ਜੀ ਦੀ ਕਾਲ ਆਈ ਸੀ ਕਿ ਕੋਈ ਮੰਡਣ ਬੱਚਾ ਇੱਥੇ ਕੋਈ ਆਇਆ ਇਹਨਾਂ ਕੋਲ ਜੋ ਅੰਡਰ ਟ੍ਰੀਟਮੈਂਟ ਹੈਗਾ ਗਾ, ਅਤੇ ਉਹ ਬੱਚੇ ਦੇ ਸੰਬੰਧ 'ਚ ਅਸੀਂ ਉਹਨਾਂ ਨਾਲ ਗੱਲ ਕੀਤੀ ਸੀ। ਬੱਚਾ ਮਤਲਬ ਉਹਨਾਂ ਨੂੰ ਕੋਈ ਛੱਡ ਕੇ ਗਿਆ ਇੱਥੇ, ਜਿਹਨੇ ਉਹਨਾਂ ਨੂੰ ਵੀ ਅੱਗੇ ਕਿਤੋਂ ਮਿਲਿਆ ਸੀ ਅਤੇ ਉਹ ਹੋਸਪਿਟਲ ਦੇ ਵਿੱਚ ਅੰਡਰ ਟ੍ਰੀਟਮੈਂਟ ਚੱਲ ਰਿਹਾ। ਤੰਦਰੁਸਤ ਹੈ, ਵਾਰਡ ਦੇ ਵਿੱਚ ਇਲਾਜ ਲਈ ਦਾਖਲ ਹੈ, ਉੱਥੇ ਉਹਦਾ ਵਧੀਆ ਟ੍ਰੀਟਮੈਂਟ ਚੱਲ ਰਿਹਾ ਹੈ। ਮੌਕੇ ਤੇ ਬਾਲ ਸੁਰੱਖਿਆ ਅਫਸਰ ਸਰਦਾਰ ਖੁਸ਼ਦੀਪ ਸਿੰਘ ਵੀ ਆ ਗਏ ਸੀ ਅਤੇ ਉਹ ਕਹਿੰਦੇ ਵੀ ਬੱਚਾ ਸਾਡੀ ਕਸਟੱਡੀ 'ਚ ਹੈ, ਬਿਲਕੁਲ ਠੀਕ ਠਾਕ ਹੈ, ਬਟ ਇਹਦੀ ਅਸੀਂ ਪੜਤਾਲ ਜ਼ਰੂਰ ਕਰ ਰਹੇ ਹਾਂ ਕਿ ਉੱਥੇ ਬੱਚਾ ਇਹ ਕਿਵੇਂ ਆਇਆ, ਕਿਸ ਜਗ੍ਹਾ 'ਤੇ ਆਇਆ। ਸੀਸੀਟੀਵੀ ਕੈਮਰੇ ਵਗੈਰਾ ਦੇਖੋ? ਹਾਂ, ਉਹ ਦੇਖ ਰਹੇ ਹਾਂ, ਅਸੀਂ ਦੇਖ ਰਹੇ ਹਾਂ ਅਤੇ ਹੋਰ ਵੀ ਦੇਖਾਂਗੇ, ਖੰਗਾਲਾਂਗੇ, ਅਸੀਂ ਪੜਤਾਲ ਕਰਾਂਗੇ ਵੀ ਇਹ ਬੱਚਾ ਉੱਥੇ ਕੌਣ ਸਿੱਟ ਕੇ ਗਿਆ। ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏ ਆਪਣਾ ਉਹ ਕਾਰਵਾਈ ਜੋ ਬਣਦੀ ਹੋਊਗੀ ਕਾਰਵਾਈ ਉਹ ਅਮਲ 'ਚ ਲਿਆਂਦੀ ਜਾਊਗੀ। ਫਿਲਹਾਲ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਬੱਚੇ ਨੂੰ ਆਖਰ ਕੌਣ ਕਦੋਂ ਛੱਡ ਕੇ ਗਿਆ ਹੈ ਤੇ ਇਸ ਦੇ ਪਿੱਛੇ ਕਾਰਨ ਕੀ ਰਹੇ ਨੇ। ਜਗਬਾਣੀ ਟੀਵੀ ਲਈ ਵੀ ਕੇ ਬਹਿਲ ਦੀ ਰਿਪੋਰਟ।